ਅਸੀਂ ਤੇ ਚੀਦਾ ਚੜਦੇ ਹੋ ਉਹਨੂੰ ਵੀ ਨਾਲ ਮਾਰਾ ਮੇਰੀ ਭੈਣ ਦਾ ਜਿਵੇਂ ਮੇਰੇ ਮੈਂ ਭੈਣ ਦੀ ਮਿੱਟੀ ਖਰਾਬ ਕੀਤੀ ਹੈ ਅੱਜ ਵੀ ਮਿੱਟੀ ਖਰਾਬ ਕਰੋ ਐਵੇਂ ਅੱਜ ਵੀ ਮਾਰ ਕੇ ਬੱਚਿਆ ਉਹਨੂੰ ਵੀ ਗੋਲੀ ਮਾਰ ਦੋ ਉੱਥੇ ਥਾਣੇ ਦੇ ਵਿੱਚ ਗੋਲੀ ਮਾਰ ਦੋ ਉਹਨੂੰ ਵੀ ਚੀਦਾ ਚੜਦਣਾ ਬੱਚੇ ਨੂੰ ਪਤੀ ਦੇ ਵੱਲੋਂ ਆਪਣੀ ਹੀ ਪਤਨੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਦੋਹਾਂ ਦੇ ਵਿਚਾਲੇ ਲੰਬੇ ਸਮੇਂ ਤੋਂ ਹੀ ਆਪਸੀ ਤਕਰਾਰ ਚੱਲਦੀ ਆ ਰਹੀ ਸੀ ਪਰ ਤਕਰਾਰ ਇਸ ਹੱਦ ਤੱਕ ਵੱਧ ਗਈ ਕਿ ਉਹ ਕਤਲ ਤੱਕ ਪਹੁੰਚ ਗਈ ਅਤੇ ਪਤੀ ਦੇ ਵੱਲੋਂ ਆਪਣੀ ਹੀ ਪਤੀ ਦਾ ਗਲਾ ਘੋਟ ਕੇ ਕਤਲ ਕਰ ਦਿੱਤਾ ਗਿਆ ਤਾਂ ਖਬਰ ਸਮਾਣਾ ਦੇ ਪਿੰਡ ਸਤਰਾਣਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਪਤੀ ਦੇ ਵੱਲੋਂ ਆਪਣੀ ਹੀ ਪਤਨੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਦੋਹਾਂ ਮੀਆਂ ਬੀਵੀ ਨੂੰ 18 ਸਾਲ ਹੋ ਗਏ ਸੀ ਵਿਆਹ ਦੇ ਪਰ ਬੀਤੇ ਕੁਝ ਸਾਲਾਂ ਤੋਂ ਦੋਹਾਂ ਦੇ ਵਿਚਾਲੇ ਆਪਸੀ ਜੋ ਤਕਰਾਰ ਹੈ ਵੱਧਦੀ ਜਾ ਰਹੀ ਸੀ ਜਿਸ ਨੂੰ ਲੈ ਕੇ ਪਤੀ ਨੇ ਗੁੱਸੇ ਦੇ ਵਿੱਚ ਆ ਕੇ ਆਪਣੀ ਹੀ ਪਤਨੀ ਦਾ ਕਤਲ ਕਰ ਦਿੱਤਾ ਹਾਲਾਂਕਿ ਘਰ ਦੇ ਵਿੱਚ ਅਕਸਰ ਮੀਆਂ ਬੀਵੀ ਦੇ ਵਿੱਚ ਤਕਰਾਰ ਹੁੰਦੀ ਹੈ ਪਰ ਇਹ ਤਕਰਾਰ ਇਸ ਹੱਦ ਤੱਕ ਵੱਧ ਗਈ ਕਿ ਗੱਲ ਕਤਲ ਤੱਕ ਪਹੁੰਚ ਗਈ ਹਾਲਾਂਕਿ ਪਤੀ ਦੇ ਵੱਲੋਂ ਅਕਸਰ ਆਪਣੀ ਪਤਨੀ ਦੀ ਕੁੱਟਮਾਰ ਕੀਤੀ ਜਾਂਦੀ ਸੀ ਅਤੇ ਇਸੇ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਮ੍ਰਿਤਕ ਮਹਿਲਾ ਦੇ ਭਰਾ ਦੇ ਵੱਲੋਂ ਆਪਣੇ ਜੀਜੇ ਨੂੰ ਆਪਣੇ ਹੀ ਭਰਾ ਦੇ ਘਰ ਥਾਂ ਦਿੱਤੀ ਗਈ ਪਰ ਦੋਹਾਂ ਦੇ ਵਿਚਾਲੇ ਜੋ ਕਲੇਸ਼ ਸੀ ਉਹ ਵੱਧਦਾ ਗਿਆ ਉਹ ਰੁਕਣ ਦਾ ਨਾਂ ਨਹੀਂ ਲੈ ਰਿਹਾ ਸੀ ਪਰ ਇੱਕ ਦਿਨ ਇਹੀ ਅੰਤ ਹੋਇਆ ਕਿ ਪਤੀ ਦੇ ਵੱਲੋਂ ਗੁੱਸੇ ਦੇ ਵਿੱਚ ਆ ਕੇ ਆਪਣੀ ਹੀ ਪਤਨੀ ਦਾ ਗਲਾ ਘੋਟ ਕੇ ਕਤਲ ਕਰ ਦਿੱਤਾ ਉੱਥੇ ਹੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਉਹਨਾਂ ਦੇ ਵੱਲੋਂ ਇਨਸਾਫ ਦੀ ਜੋ ਮੰਗ ਹੈ ਉਹ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਜੋ ਮਾਮਲਾ ਉਹ ਦਰਜ ਕਰ ਲਿਆ ਗਿਆ ਅਤੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਖਬਰ ਸਮਾਣਾ ਦੇ ਪਿੰਡ ਸਤਰਾਣਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਪਤੀ ਦੇ ਵੱਲੋਂ ਆਪਣੀ ਹੀ ਪਤਨੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਮੇਰਾ ਨਾਮ ਰਵੀ ਕੁਮਾਰ ਹੈ ਜੀ ਪਿੰਡ ਸਤਰਾਣੇ ਤੋਂ ਤੁਹਾਡੇ ਕੀ ਮੇਰੀ ਸਿਸਟਰ ਲੱਗਦੀ ਸੀ ਜੀ ਹਾਂਜੀ ਕਿੰਨੇ ਸਾਲ ਦੀ ਹੈ ਉਸ 35 ਸਾਲ ਉਮਰ ਸੀ ਜੀ ਤੇ ਕਿਸ ਗੱਲ ਤੇ ਉਹਨੇ ਤੇਰੇ ਜੀਜੇ ਵੱਲੋਂ ਉਹਨੂੰ ਮਾਰਿਆ ਗਿਆ ਉਹ ਇਸ ਗੱਲ ਕਰੇ ਕੋਈ ਵੀ ਨਹੀਂ ਸੀ ਹੈ ਔਰ ਇਕੱਲੇ ਵੀ ਜਿਵੇਂ ਦੋਵੇਂ ਜੀ ਬੈਠੇ ਸੀ ਪਤਾ ਨਹੀਂ ਰਾਤ ਨੂੰ ਦੀਦੀ ਦੋਵੇਂ ਘਰ ਦੇ ਘਰ ਦੇ ਜੀ ਬੈਠੇ ਸੀ ਔਰ ਰਾਤ ਨੂੰ ਕੀ ਲੱਗਦਾ ਜੀਜਾ ਜੀਜਾ ਹਾਂਜੀ ਬੈਠੇ ਸੀ ਤੇ ਦੂਜੇ ਨਾਲ ਭਾਬੀ ਸੀ ਉਹ ਦਵਾਈ ਲੈਣ ਗਏ ਨੇ ਬਸ ਇੰਨੇ ਨੂੰ 15-20 ਮਿੰਟਾਂ ਦੇ ਵਿੱਚ ਪਤਾ ਨਹੀਂ ਇਹੋ ਜਿਹੀ ਕੀ ਗੱਲ ਹੋਈ ਹੈ ਉਹਨੇ ਗਾਲੀ ਘੋਟਤਾ ਫਿਰ ਗਲ ਘੋਟ ਕਿਸ ਚੀਜ਼ ਨਾਲ ਗਲ ਘੋਟਿਆ ਚੁੰਨੀ ਨਾਲ ਗਲ ਘੋਟ ਕੇ ਫਿਰ ਉਹਦੀ ਸ਼ਾਇਦ ਲਾਸ਼ ਬਾਥਰੂਮ ਦੇ ਵਿੱਚ ਧਰ ਕੇ ਭੱਜਣ ਦੀ ਕੋਸ਼ਿਸ਼ ਕਰੀ ਉਹਨੇ ਭੱਜਣ ਦੀ ਫਿਰ ਭਾਬੀ ਸਾਡੀ ਨੇ ਦੇਖਿਆ ਵੀ ਪੁੱਛਿਆ ਵੀ ਮੇਰੀ ਸਿਸਟਰ ਕਿੱਥੇ ਹੈ ਕੀ ਨਾਮ ਸਿਸਟਰ ਦਾ ਉਸ਼ਾ ਰਾਣੀ ਤੇ ਪੁੱਛਿਆ ਜਦੋਂ ਵੀ ਹਾਂ ਮੇਰੀ ਭੈਣ ਕਿੱਥੇ ਕਹਿੰਦੇ ਦੂਸਰੇ ਘਰੇ ਗਈ ਉਦੋਂ ਹੀ ਬਸ ਉਹ ਪਸੀਨਾ ਪਸੀਨਾ ਹੋ ਰਿਹਾ ਸੀ ਉਹਦੀ ਨਾਲ ਦੇ ਨਾਲ ਭੱਜ ਕੇ ਸਿੱਧਾ ਥਾਣੇ ਆ ਗਿਆ ਤੁਸੀਂ ਹੁਣ ਪੁਲਿਸ ਤੋਂ ਕੀ ਮੰਗ ਕਰਦੇ ਹੋ ਅਸੀਂ ਮੰਗ ਇਹੀ ਕਰਨੇ ਵੀ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਹਾਂਜੀ ਤੁਹਾਡੇ ਕੀ ਲੱਗਦੇ ਜੀ ਮੇਰੀ ਸਿਸਟਰ ਹੈ ਜੀ ਤੁਹਾਡੀ ਭੈਣ ਲੱਗਦੀ ਹਾਂਜੀ ਤੁਸੀਂ ਇਸ ਤਰ੍ਹਾਂ ਦੀ ਹਾਂ ਮੈਂ ਇਸ ਤਰ੍ਹਾਂ ਤੋਂ ਹੀ ਹਾਂ ਜੀ ਮੇਰੀ ਵੱਡੀ ਭੈਣ ਇਹਨੂੰ ਕਿਉਂ ਮਾਰਿਆ ਕਿੰਨੇ ਟਾਈਮ ਲੱਗ ਗਿਆ ਹੋਵੇ ਇਹਨੂੰ ਵਿਆਹ ਹੋਏ ਨੂੰ ਜੀ 17-18 ਸਾਲ ਹੋ ਗਏ ਨੇ ਹਾਂਜੀ ਤੇ ਘਰੇ ਪਹਿਲਾਂ ਪੁਰਾਣੇ ਘਰੇ ਕੁੱਟਦਾ ਮਾਰਦਾ ਰਹਿੰਦਾ ਸੀ ਜੀ ਤੇ ਜੋ ਹੁਣ ਉੱਥੋਂ ਕੁੱਟਦਾ ਮਾਰਦਾ ਸੀ ਅਸੀਂ ਕਮਰਾ ਇਹਨੂੰ ਘਰੇ ਪਾ ਕੇ ਦਿੱਤਾ ਸੀ ਵੀ ਚੱਲ ਵੀ ਕੁੱਟ ਮਾਰ ਨਹੀਂ ਕਰੇਗਾ ਵੀ ਕੁੱਟ ਮਾਰ ਨਹੀਂ ਕਰੇਗਾ ਜੇ ਘਰੇ ਵੀ ਚੱਲ ਸਾਡੇ ਸਾਹਮਣੇ ਕਿ ਨਹੀਂ ਹੋਏ ਇਸੇ ਗੱਲੋਂ ਅਸੀਂ ਘਰੇ ਕਮਰਾ ਪਾ ਕੇ ਦਿੱਤਾ ਪਤਾ ਨਹੀਂ ਕੀ ਕਰੇ ਕੱਲ ਵੀ ਉਹਨੂੰ ਫਿਰ ਮਤਲਬ ਕੱਲ ਕੀ ਕੀਤਾ ਉਹਨੇ ਉਹਨੇ ਕੱਲ ਜਿਵੇਂ ਸਾਡੇ ਘਰੇ ਕੋਈ ਨਹੀਂ ਸੀ ਬਸ ਉਹਨੇ ਮੁੱਦਾ ਚੱਕ ਲਿਆ ਕੀ ਕੀਤਾ ਉਹਨੇ ਗਲਾ ਘੁੱਟਤਾ ਜੀ ਚੁੰਨੀ ਨਾਲ ਚੁੰਨੀ ਨਾਲ ਹਾਂ ਜਦੋਂ ਮੈਂ ਕਿਹਾ ਅੰਦਰ ਵੀ ਜਦੋਂ ਗੁੜੀਆ ਬੁਲਾ ਕੇ ਗਈ ਮੈਂ ਜਾ ਕੇ ਦੇਖਿਆ ਤੁੱਤ ਲਾ ਕੇ ਦੇਖਿਆ ਜੀ ਵੀ ਉਹਦੇ ਸਾਹ ਉਹ ਕੁਛ ਨਹੀਂ ਸੀ ਹੈਗਾ ਫਿਰ ਮੈਂ ਉਹਨੂੰ ਚੁੱਕ ਕੇ ਮੰਜੀ 'ਤੇ ਪਾਇਆ ਜੀ ਫਿਰ ਅਸੀਂ ਫੋਨ ਕਰਿਆ ਸਰ ਪੁਲਿਸ ਤੋਂ ਸਰ ਇਨਸਾਫ਼ ਮੰਗਣਾ ਸਰ ਹਾਂਜੀ ਅਸੀਂ ਮੌਕੇ ਤੇ ਹੀ ਪਹੁੰਚ ਗਏ ਜਦੋਂ ਉਹਨਾਂ ਨੇ ਡੈਥ ਕਰੀ ਨਾ ਜੀ ਵੀ ਉਹ ਕਰਕੇ ਕਾਂਡ ਘਰੋਂ ਭੱਜਿਆ ਅਸੀਂ ਜਾ ਕੇ ਦੇਖਿਆ ਜਦੋਂ ਬਾਥਰੂਮ ਦੇ ਵਿੱਚ ਪਈ ਜੀ ਉੱਥੋਂ ਜਾ ਕੇ ਫਿਰ ਬੰਦੇ ਇਕੱਠੇ ਕਰ ਕੁਰ ਕੇ ਬਾਹਰ ਕਢਾਈ ਇਹਨਾਂ ਨੇ ਚੱਕੀ ਆਪ ਹੀ ਪਾਈ ਉਹਦੇ ਨੇ ਅਤੇ ਉਦੋਂ ਬਾਅਦ ਪੁਲਿਸ ਨੂੰ ਤਲਾਕ ਕੀਤੀ ਉਹ ਜਾ ਕੇ ਆਪ ਹੀ ਥਾਣੇ ਜਾ ਕੇ ਦਰਖਾਸਤ ਦੇਣ ਲੱਗ ਗਿਆ ਵੀ ਸਾਡੇ ਘਰੇ ਲੜਾਈ ਪਈ ਹੈ ਵੀ ਇੰਨੇ ਬਾਅਦ 'ਚ ਸਾਡਾ ਫੋਨ ਵੱਗ ਗਿਆ ਐਸ ਐਚ ਸਾਹਿਬ ਨੂੰ ਅਤੇ ਉਹ ਕਹਿੰਦੇ ਵੀ ਇਹਦਾ ਮਾਡਲ ਕਰਕੇ ਆਇਆ ਆਪ ਹੀ ਅੱਛਾ ਘਰ ਵਾਲੀ ਮਾਰਤੀ ਹਾਂ ਵੀ ਘਰ ਵਾਲੀ ਹਾਂ ਜਸਵਿੰਦਰ ਸਿੰਘ ਜੀ ਜਿਹੜੇ ਇਸ ਟਾਈਮ ਪੋਸਟਮਾਰਟਮ ਕਰਨ ਸਮਾਣਾ ਹਸਪਤਾਲ ਪਹੁੰਚੇ ਜਸਵਿੰਦਰ ਸਿੰਘ ਜੀ ਸਹਾਇਕ ਥਾਣੇਦਾਰ ਸਤਰਾਣਾ ਪੁਲਿਸ ਦੇ ਗੱਲਬਾਤ ਕਰਦੇ ਹਾਂ ਕੀ ਨਾਮ ਸੀ ਮ੍ਰਿਤਕ ਦਾ ਕਿਸ ਕੀ ਬਿਆਨਾਂ 'ਤੇ ਕਾਰਵਾਈ ਪੋਸਟਮਾਰਟਮ ਕਰਾਉ ਕਿਹੜੀ ਤਾਰਾ ਲਾਈਏ BNS ਦੀ ਮ੍ਰਿਤਕ ਉਸ਼ਾ ਰਾਣੀ ਪਤਨੀ ਕਾਲੂ ਰਾਮ ਪੁੱਤਰੀ ਹਰ ਭਗਵਾਨ ਵਾਸੀ ਦੁੱਗਾਪੱਤੀ ਸਤਰਾਣਾ ਦਾ ਕੱਢ ਇਹਦੇ ਪਤੀ ਕਾਲੂ ਰਾਮ ਨੇ ਮਰਡਰ ਕਰ ਦਿੱਤਾ ਸੀ ਜਿਹਦੇ ਵਿੱਚ ਮੁਕਦਮਾ ਨੰਬਰ 226 ਡੇਟਡ 16/10/2024 ਅਧੀਨ ਧਾਰਾ 103-3 ਦੀ ਜੀਵਨ 1 BNS 2023
तहत थाना पातला विखे दर्ज रजिस्टर किया गया है। जिस की जाँच जारी आ, कथित दोषी की भाल जारी आ। मारे किस तरह उसारा ने? ਇਹ ਗੱਲ ਦੇ ਵਿੱਚ ਫਾਹ ਲੈ ਕੇ ਸਾਹਮਣੇ ਆ ਰਿਹਾ ਹੈ। ਬਾਕੀ ਡਾਕਟਰੀ ਰਿਪੋਰਟ ਤੋਂ ਬਾਅਦ ਕੋਈ ਚੁੰਨੀ ਤਾਂ ਨਹੀਂ ਕਿ ਨਿਸ਼ਾਨ ਦੱਸ ਰਹੇ? ਹਾਂ, ਚੁੰਨੀ ਦੇ ਨਾਲ ਫਾਹ ਦੇ ਕੇ ਮਰਿਆ ਮਹਿਸੂਸ ਹੋ ਰਿਹਾ ਹੈ। ਬਾਕੀ ਡਾਕਟਰੀ ਜਾਂਚ ਤੋਂ ਬਾਅਦ ਜੋ ਡਾਕਟਰਾਂ ਦੀ ਰਿਪੋਰਟ ਆਊਗੀ ਉਹਦੇ ਮੁਤਾਬਕ ਤੁਸੀਂ ਪੋਸਟਮਾਰਟਮ ਕਰਾਉਣਾ ਹੈ। ਪੋਸਟਮਾਰਟਮ ਕਰਾਉਣਾ ਜੀ। ਠੀਕ।